ਦਰਸ਼ਨ ਵਾਹਿਗੁਰੂ।
ਸੀ ਜਿਨ੍ਹਾਂ ਨੇ ਸਾਰਾ ਜੀਵਨ ਨਿਮਰਤਾ ਵਿੱਚ ਰਹਿ ਕੇ ਗਰੀਬੀ ਵੇਸ਼ ਧਾਰਨ ਕਰਕੇ ਨਿਮਾਣੇ ਹੋ ਕੇ ਗੁਰੂ ਘਰ ਦੀ ਸੰਗਤਾਂ ਦੀ ਸੇਵਾ ਕੀਤੀ। ਆਓ ਆਪਾਂ ਵੀ ਗੁਰੂ ਸਵਾਰੇ ਉਹ ਸਹਿਬ ਜੀ ਸਾਨੂੰ ਕੀ ਉਪਦੇਸ਼ ਕਰਦੇ ਹਨ। ਆਪ ਸਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ। ਕਹਿੰਦੇ ਜਿਹੜਾ ਮਨੁੱਖ ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਜਾਣਦਾ ਹੈ, ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਗਿਣਦਾ ਹੈ, ਇੱਕ ਦਿਨ ਉਸ ਮਨੁੱਖ ਨੂੰ ਵਾਹਿਗੁਰੂ ਪਰਮਾਤਮਾ ਸਾਰਿਆਂ ਤੋਂ ਉੱਚਾ ਕਰ ਦਿੰਦਾ ਹੈ। ਆਓ ਸਤਿਗੁਰੂ ਜੀ ਸਾਨੂੰ ਵੀ ਇਹ ਸੇਧ ਦੇ ਰਹੇ ਹਨ, ਸਾਨੂੰ ਵੀ ਇਹ ਸਿੱਖਿਆ ਦੇ ਰਹੇ ਹਨ। ਅਸੀਂ ਜੀਵਨ ਵਿੱਚ ਵੱਡੇ ਬਣ ਦਾ ਯਤਨ ਨਾ ਕਰੀਏ, ਨਿਮਾਣੇ ਬਣ ਦਾ ਯਤਨ ਕਰੀਏ, ਨਿਮਾਣੇ ਬਣੀਏ। ਭਾਵੇਂ ਸਾਡੇ ਕੋਲ ਮਾਣ ਵੀ ਹੋਵੇ, ਤਾਣ ਵੀ ਹੋਵੇ, ਪਰ ਫਿਰ ਵੀ ਨਿਮਾਣੇ ਬਣ ਕੇ, ਨਿਤਾਣੇ ਬਣ ਕੇ ਆਪਣਾ ਜੀਵਨ ਬਤੀਤ ਕਰੀਏ। ਸਤਿਗੁਰੂ ਜੀ ਦਾ ਪਾਵਨ ਸ਼ਬਦ ਸਾਰੀਆਂ ਸੰਗਤਾਂ ਸਰਵਣ ਕਰੋ। ਆਪਸ ਕੋ ਜੋ ਜਾਣੇ ਨੀਚਾ ਬਿਨ ਪਟ ਪਟ ਚੀਨਾ ਆਪਸ ਕੋ ਜੋ ਜਾਣੇ ਨੀਚਾ ਸੋ
ਗੁਰਮੁਖ ਕਰਕੇ ਪ੍ਰਗਟ ਕਰਕੇ ਸਿੱਖਾਂ ਪਾਸੋਂ ਸਤਿਗੁਰ ਜੀ ਦਾ ਹਰਜਾ ਸਰਵਣ ਕੀਤਾ ਹੈ। ਆਓ ਕੁਝ ਮਿੰਟਾਂ ਵਾਸਤੇ ਗੁਰਮੁਖ ਵਿਚਾਰਾਂ ਨਾਲ ਸਾਂਝ ਬਣਾਈਏ। ਇੱਕ ਵਾਰ ਜਿੰਨੇ ਵੀ ਸਰੀਰ ਨਾਲ ਬੈਠੇ ਹੋ, ਸਭ ਤੋਂ ਪਹਿਲਾਂ ਕਰੋ ਕਿਰਪਾਲਤਾ, ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਬਚ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇ ਪਾਉਣ ਦਾ ਕਾਰਨ ਤਾਂ ਮੈਂ ਬਾਅਦ ਵਿੱਚ ਹੀ ਦੱਸਾਂਗਾ, ਪਰ ਸੰਗਤ ਨੂੰ ਬੇਨਤੀ ਹੈ ਜਿੰਨੇ ਵੀ ਆਪਾਂ ਸਰੀਰ ਬੈਠੇ, ਆਪਾਂ ਗੁਰੂ ਚਰਨਾਂ ਵਿੱਚ ਇਕਾਗਰਚਿਤ ਹੋ ਕੇ ਹੁਣ ਬੈਠੀਏ, ਦੋਵੇਂ ਹੱਥ ਜੋੜ ਕੇ ਬੇਨਤੀ ਹੈ ਵੀਰਾਂ ਵੱਲ ਵੀ ਅਤੇ ਭੈਣਾਂ ਵੱਲ ਵੀ, ਇੱਕ ਕਿਰਪਾਲਤਾ ਕਰੋ, ਥੋੜ੍ਹਾ ਜਿਹਾ ਲੱਗ ਕੇ ਹੁਣ ਦੀ ਕਿਰਪਾਲਤਾ ਕਰੋ। ਲੈ ਧੂੜ ਮੁੱਖ ਲਾਵਾਂ, ਉਸ ਅਸਥਾਨ ਦੀ ਚਰਨ ਧੂੜ ਆਪਣੇ ਮਸਤਕ ਨੂੰ ਲਾਉਂਦਾ ਹੈ। ਗੁਰੂ ਦੇ ਚਰਨਾਂ ਵਿੱਚ ਉਸ ਅਸਥਾਨ ਦੀ ਭਾਲ ਕਰਕੇ ਸਾਧ ਸੰਗਤ ਚਰਨ ਧੂੜ ਮੁੱਖ ਲਾਉਣ ਦਾ ਭਾਵ ਹੈ। ਇਹ ਨਹੀਂ ਮੈਂ ਕੱਲਾ ਬਾਹਰੋਂ ਜੋੜਿਆਂ ਵਿੱਚੋਂ ਮਿੱਟੀ ਚੁੱਕ ਕੇ ਮੱਥੇ ਨੂੰ ਲਾ ਲਾਂ। ਚਰਨ ਧੂੜ ਮੁੱਖ ਲਾਵਾਂ ਦਾ ਅਰਥ ਹੈ ਉਹ ਗੁਰੂ ਦੇ ਕੋਲ ਆਉਂਦਾ, ਫਿਰ ਗੁਰੂ ਦੀ ਸਿੱਖਿਆ ਗ੍ਰਹਿਣ ਕਰਦਾ। ਜੋ ਗੁਰ ਕਹੇ ਸੋਈ ਭਲ ਮੰਨੋ, ਉਹ ਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਗ੍ਰਹਿਣ ਕਰਦਾ, ਗੁਰੂ ਦੇ ਦੱਸੇ ਹੋਏ ਮਾਰਗ ਉੱਤੇ ਚੱਲਦਾ। ਸਤਿਗੁਰੂ ਬਾਣੀ ਅੰਦਰ ਬਚਨ ਕਹੇ, ਅਰਦਾਸ ਕਰ ਕਿ ਹਮ ਅੰਧਲੇ ਅੰਧ ਦਿਖੇ ਬਿਖਰਾਤੇ, ਕਿਉਂ ਚੱਲੇ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ। ਅਤੇ ਫਿਰ ਸਤਿਗੁਰਾਂ ਜਵਾਬ ਦਿੱਤਾ ਕਿ ਗੁਰਸਿੱਖ ਮੀਤ, ਇਹ ਮਿੱਤਰ ਗੁਰਸਿੱਖ ਜੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮੰਨੋ, ਹਰ ਹਰ ਕਥਾ ਨਰਾਜੀ। ਜੋ ਗੁਰੂ ਕਹਿ ਰਿਹਾ ਹੈ ਉਹਨੂੰ ਸੱਤ ਕਰਕੇ ਭਾਣਾ ਮੰਨ। ਫਿਰ ਬਹਾਦੁਰ ਵਾਹਿਗੁਰੂ ਜੀ ਦੇ ਘਰ ਵਿੱਚ ਇਹ ਤੇਰਾ ਬਖਸ਼ਿਸ਼ ਕੀਤਾ ਹੋਇਆ ਜਨਮ ਸਫਲ ਹੋ ਜਾਵੇ। ਸਤਿਗੁਰ ਜੀ ਦੇ ਸਪਾਵਨ ਸਥਾਨ ਤੇ ਮਹਾਂਪੁਰਸ਼ ਦੇ ਕਰ ਰਹੇ, ਕਦੇ ਮਨ 'ਚ ਵਿਚਾਰ ਕਰਿਓ। ਇਸ ਤਰ੍ਹਾਂ ਦੇ ਲੋਕ ਇਸ ਦੁਨੀਆਂ ਵਿੱਚ ਹੋਏ ਨੇ, ਸਾਧ ਸੰਗਤ ਚਾਰ ਚਾਰ ਅਰਬ ਦੀ ਜਾਇਦਾਦ ਛੱਡ ਕੇ ਮਰ ਜਾਂਦੇ ਨੇ, 4 ਸਾਲਾਂ ਵਿੱਚ ਲੋਕ ਭੁੱਲ ਜਾਂਦੇ ਨੇ। ਕੌਣ ਚਾਰ ਚਾਰ ਅਰਬ ਦੀ ਜਾਇਦਾਦ ਛੱਡ ਕੇ ਲੋਕ ਮਰ ਗਏ ਇਸ ਧਰਤੀ 'ਤੇ, ਪਰ 4 ਦਿਨਾਂ ਵਿੱਚ ਲੋਕ ਭੁੱਲ ਗਏ। ਉਹ ਕੌਣ ਕਿਸੇ ਨੇ ਯਾਦ ਨਹੀਂ ਬਣਾਈ ਇਸ ਧਰਤੀ ਉੱਤੇ, ਕੋਈ ਉਹਨਾਂ ਦੀ ਵਰਸੀ, ਕੋਈ ਯਾਦਗਾਰ ਨਹੀਂ। ਔਰ ਉਸ ਸੇਵਾ ਸਿਮਰਨ ਵਿੱਚੋਂ ਜਦੋਂ ਵਡਿਆਈ ਮਿਲਦੀ ਹੈ, ਉਹ ਵਡਿਆਈ ਆਪਣੇ ਗੁਰੂ ਨੂੰ ਜਮ੍ਹਾਂ ਕਰਾ ਦਿੰਦੇ ਨੇ। ਸਾਧ ਸੰਗਤ ਸਰੀਰ ਕਰਕੇ ਮਰਨ ਤੋਂ ਬਾਅਦ ਫਿਰ ਉਹਨਾਂ ਦੀ ਵਡਿਆਈ ਵੱਧ ਜਾਂਦੀ। ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਉਪਦੇਸ਼ ਪੜ੍ਹੋ ਤਾਂ ਪਾਤਸ਼ਾਹ ਨੇ ਕਿਹਾ, ਸੇਵਾ ਕਰੋਗੇ, ਸਿਮਰਨ ਕਰੋਗੇ, ਵਡਿਆਈ ਮਿਲੇਗੀ। ਔਰ ਤੁਸੀਂ ਤਜਰਬਾ ਕਰਕੇ ਵੇਖਿਓ, 10 ਦਿਨ ਲਗਾਤਾਰ ਗੁਰਦੁਆਰੇ ਆਉਣ ਲੱਗ ਜਾਓ, ਤੁਹਾਡੀ ਵਡਿਆਈ ਹੋਣ ਲੱਗ ਜਾਏ। ਨਗਰ ਕੋਟ ਕਿਛਨਾ ਮਨ ਬਾਵਨ।
Thank you.
ਪਰਮਾਤਮਾ ਦੀ ਮਹਿਮਾ ਵੱਡੀ ਹੈ ਸਰ। ਮਹਾਂਪੁਰਖ ਦੀ ਬਾਤ ਮੈਂ ਬਾਤ ਬਾਤ ਮੈਂ ਬਾਤ ਜਿਉਂ ਕੇ ਲੈ ਕੇ ਬਾਤ ਮੈਂ ਬਾਤ ਬਾਤ ਮੈਂ ਬਾਤ ਸਭ ਦੀ ਮਹਿਮਾ ਦੇਖਣਾ ਜਾਣਾ ਜੇ ਤਲ ਸਮੇਂ ਮੇਰੇ ਤਲ ਗਿਆਨਾ ਸਭ ਹਿਕਮਾਂ ਦੇ ਹੁੰਦੇ ਦੂਰ ਸਭ ਹਿਕਮਾਂ ਦੇ ਹੋਰ ਸਾਥੀ ਸੋਭਾ ਕਰਨਾ ਹੀ ਅੰਤ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਫਰਸਾ ਦੀ ਗੁਰ
ਸੰਗਤ ਨੇ ਗੁਰੂ ਘਰ ਵਿੱਚ ਆ ਕੇ ਹਾਜ਼ਰੀ ਭਰੀ, ਸੇਵਾ ਕੀਤੀ ਤੇ ਫੁੱਲ ਭੇਟਾ ਕੀਤਾ। ਗੁਰੂ ਕੇ ਲੰਗਰਾਂ ਵਿੱਚ ਰਸਤਾ ਪਾਈਆਂ, ਸੂਰ ਗੁਰੂ ਸਾਹਿਬ ਸੰਤਾਂ ਦੀ ਹਾਜ਼ਰੀ ਸੇਵਾ ਸਿਮਰਨ ਪ੍ਰਵਾਨ ਕਰਨਾ, ਘਰਾਂ ਵਿੱਚ ਸੁਖ ਸ਼ਾਂਤੀ ਦੀ ਦਾਤ, ਕਾਰੋਬਾਰਾਂ ਵਿੱਚ ਵਾਧੇ, ਕਿਰਤ ਬਿਮਾਰੀਆਂ ਵਿੱਚ ਬਰਕਤਾਂ, ਬੰਦਿਆਂ ਵਿਦੇਸ਼ਾਂ ਵਿਦੇਸ਼ਾਂ ਵਿੱਚ ਚੜ੍ਹਦੀ ਕਲਾ ਦੀ ਦਾਤ ਬਖਸ਼ ਕਰਕੇ ਨਿਵਾਜਣਾ, ਪਾਵਨ ਪਵਿੱਤਰ ਹਜ਼ੂਰੀ ਵਿੱਚ ਆਪ ਜੀ ਦੇ ਦਰਬਾਰ ਦੇ ਸੇਵਕ ਸਰਦਾਰ ਦਰਸ਼ਨ ਸਿੰਘ ਸਮੂਹ ਪਰਿਵਾਰ ਵੱਲੋਂ ਕੜਾ ਪ੍ਰਸ਼ਾਦ ਦੀ ਦੇਵ ਭੇਟਾ ਕੀਤੀ। ਆਪ ਜੀ ਦੇ ਦਰਬਾਰ ਪ੍ਰਵਾਨ ਕੜਾ ਪ੍ਰਸ਼ਾਦ ਦੀ ਦੇਵ ਸੰਗਤ ਵਿੱਚ ਵਰਤੇ, ਜੋ ਸ਼ਕਨ ਨਾਮ ਜਪਨ ਸਮੂਹ ਸਾਧ ਸੰਗਤ ਜੀ ਦੀ ਹਾਜ਼ਰੀ, ਕਿਰਪਾ ਕਰਕੇ ਪ੍ਰਵਾਨ ਕਰੋ ਦੀ ਵਾਰ ਦੀ ਸਮਾਪਤੀ ਹੈ। ਪਾਵਨ ਪਰਿਵਾਰ ਬਖਸ਼ੋ ਜੀ, ਸੇ ਪਿਆਰੇ ਮੈਨੂੰ ਜਿੰਨਾ ਮਿਲਿਆ ਤੇਰਾ ਨਾਮ ਦਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਅੰਮ੍ਰਿਤ ਹਰ ਕਾ ਨਾਉ ਦੇਵੈ
ਸਾਹਿਬ ਨਦਰ ਜਿਸ ਕੱਲੇ ਆਣੇ ਆ। ਦੀਵਾਨ ਦੀ ਸਮਾਪਤੀ ਹੋਈ ਹੈ ਇਹ ਸ਼ਰਤ ਨਾਲ ਕਿ ਆਉਂਦੀ ਵਾਰ ਨੂੰ ਫਿਰ ਅਸੀਂ ਇਸੇ ਤਰ੍ਹਾਂ ਇਕੱਤਰ ਹੋ ਕੇ ਮਹਾਂਪੁਰਸ਼ਾਂ ਦੀ ਬਰਸੀ, ਸੰਤ ਬਾਬਾ ਅਕਾਲ ਸਿੰਘ ਜੀ ਦੀ ਬਰਸੀ, ਸੰਤ ਬਾਬਾ ਭਗਵਾਨ ਸਿੰਘ ਜੀ ਦੀ ਬਰਸੀ, ਅੱਜ ਮੈਂ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਤਾਨ ਵਾਲਿਆਂ ਦੀ ਬਰਸੀ ਆਪਾਂ ਰਲ ਮਿਲ ਕੇ ਮੈਂ ਸਾਰੇ ਸੱਜਣਾਂ ਨੂੰ ਬੇਨਤੀ ਕਿ ਉਹਨਾਂ ਦਾ ਸਨਮਾਨ ਵੀ ਕਰੀਏ। ਬੋਲੇ ਸੋਨਿਹਾ ਬੀਬੀ ਕੈਮੂਰ ਦਾ ਇੰਚਾਰਜ ਸਰਦਾਰ ਲਾਲ ਸਿੰਘ ਜੀ ਮਾਂਗੜ, ਸਰਦਾਰ ਲਾਲ ਸਿੰਘ ਜੀ ਮਾਂਗੜ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਬੋਲੇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਅਤੇ ਪਵਿੱਤਰ ਚਰਨਛ ਸਥਾਨ ਗੁਰਦੁਆਰਾ ਸ਼੍ਰੀ ਡੇਰੂ ਸਾਹਿਬ ਜੀ ਰਾਮਪੁਰ ਵਿਖੇ ਅੱਜ ਸੰਤ ਬਾਬਾ ਭਗਵਾਨ ਸਿੰਘ ਜੀ ਦੀ ਬਰਸੀ ਦੇ ਸੰਬੰਧ ਵਿੱਚ 3 ਰੋਜ਼ਾ ਸਮਾਗਮ ਸਮਾਪਤ ਹੋਇਆ। ਸੰਗਤਾਂ ਨੇ ਦੂਰੋਂ ਦੂਰੋਂ ਪੁੱਜ ਕੇ ਦੂਰ ਦੁਰਾਡਿਓਂ ਦੇਸ਼ਾਂ ਵਿਦੇਸ਼ਾਂ 'ਚੋਂ ਆ ਕੇ ਹਾਜ਼ਰੀ ਭਰੀ ਹੈ ਅਤੇ ਸੰਗਤਾਂ ਦਾ ਬੜਾ ਉਤਸ਼ਾਹ ਸੀ ਅਤੇ ਅੱਜ ਦੇ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ SGPC ਮੈਂਬਰ ਰਘਵੀਰ ਸਿੰਘ ਸਹਾਰਨ ਮਾਜਰਾ, ਸਹਾਰਪਾਲ ਸਿੰਘ ਜੱਲਾ ਅਤੇ ਹੋਰ ਬਹੁਤ ਸਾਰੇ ਅਧਿਕਾਰੀਆਂ ਨੇ ਪਹੁੰਚ ਕੇ ਸ਼ਿਰਕਤ ਕੀਤੀ ਔਰ ਨਤਮਸਤਕ ਹੋ ਗਏ, ਗੁਰੂ ਗ੍ਰੰਥ ਸਾਹਿਬ ਨਤਮਸਤਕ ਹੋਏ ਨੇ ਔਰ ਬਾਬਾ ਜੀ ਨੂੰ ਸ਼ਰਧਾ ਫੁੱਲ ਭੇਟ ਕੀਤੇ ਨੇ। ਸਾਡੇ ਦੌਰਾਨ ਇਸੇ ਦੌਰਾਨ ਸਰ ਕਰਮਜੀਤ ਸਿੰਘ ਜੀ ਗਰੇਵਾਲ ਜੋ ਨਾਰਵੇ ਤੋਂ MLA ਨੇ ਉਹ ਉੱਥੇ ਵਿਸ਼ੇਸ਼ ਤੌਰ 'ਤੇ ਪੁੱਜੇ ਨੇ ਜੋ ਕਿ ਬਚਪਨ ਤੋਂ ਹੀ ਇਸ ਸਥਾਨ ਨਾਲ ਲਗਨ ਰੱਖਦੇ ਨੇ, ਉਹਨਾਂ ਦਾ ਸਥਾਨ ਨਾਲ ਬੜਾ ਲਗਾਓ ਹੈ ਔਰ ਧਾਰਮਿਕ ਵਿਰਤੀ ਵਾਲੇ ਨੇ, ਉਹ ਸਾਡੇ 'ਚ ਪਹੁੰਚੇ ਨੇ। ਅਸੀਂ ਉਹਨਾਂ ਨਾਲ 2 ਗੱਲਾਂ ਸ਼ਬਦ ਸਾਂਝੇ ਕਰਾਂਗੇ ਕਿ ਉਹ ਇਹਨਾਂ ਇੱਥੇ ਉਹਨਾਂ ਦਾ ਜੋ ਲਗਾਓ ਹੈ ਉਹ ਇੱਥੇ ਆ ਕੇ ਸਜਦਾ ਕੀਤਾ ਉਹਨੇ ਮਨ ਦੀਆਂ ਭਾਵਨਾਵਾਂ ਕੀ ਨੇ। ਹਾਂਜੀ ਜਿਹੜਾ ਸਾਹਿਬ ਤੁਹਾਡਾ ਇੱਥੇ ਆਉਣ 'ਤੇ ਪਹਿਲਾਂ ਜੀ ਆਇਆਂ ਨੂੰ ਬਹੁਤ ਬਹੁਤ ਸ਼ੁਕਰੀਆ ਜੀ। ਇੱਥੇ ਆਏ ਹੋ, ਤੁਹਾਡੀ ਜਿਹੜਾ ਮੈਸੇਜ ਹੈ ਉਹ ਸੰਗਤ ਪ੍ਰਤੀ ਕੀ ਹੈ? ਸਾਡਾ ਮੈਸੇਜ ਇਹ ਆ ਕਿ ਬੰਦੇ ਨੂੰ ਰੱਬ 'ਤੇ ਵਿਸ਼ਵਾਸ ਹੋਣਾ ਚਾਹੀਦਾ। ਜਦੋਂ ਦੇ ਅਸੀਂ ਛੋਟੇ ਹਾਂ, ਬਚਪਨ ਦੇ ਮੈਂ 2 ਸਾਲ ਦਾ ਵਾਂ, ਮੈਂ ਇੱਥੇ ਪੱਕਾ ਹਰ ਸਾਲ ਕਦੋਂ ਵੀ ਮੈਂ ਅਸੀਂ ਆਉਣੇ ਹਾਂ ਇੰਡੀਆ, ਇੱਥੇ ਵੀ ਮੈਂ ਆਉਣਾ ਵਾਂ ਅਤੇ ਗੁਰਦੁਆਰਾ ਰਾੜਾ ਸਾਹਿਬ ਵੀ ਆਉਣਾ ਵਾ। ਰੱਬ ਦੇ ਉੱਤੇ ਵਿਸ਼ਵਾਸ ਹੈ, ਰੱਬ ਦੇ ਉੱਤੇ ਤੁਹਾਨੂੰ ਵਿਸ਼ਵਾਸ ਰੱਖਣਾ ਚਾਹੀਦਾ। ਇਹੋ ਜਿਹੇ ਸਥਾਨ 'ਤੇ ਆ ਕੇ ਵੱਡੀ ਸੰਗਤ ਦੇ ਵਿੱਚ ਦਾਖਲਾ ਲੈ ਕੇ ਤੁਹਾਡੇ ਮਨ ਨੂੰ ਰੂਹ ਆਉਂਦੀ ਆ। ਅਤੇ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਐਕਸਪੀਰੀਅੰਸ ਕੀਤਾ ਵਾ ਕਿ ਰੱਬ ਹੈ, ਰੱਬ ਤੋਂ ਬਿਨਾਂ ਕਿਵੇਂ ਕਹਿੰਦੇ ਨੇ ਪੱਤਾ ਨਹੀਂ ਹਿਲਦਾ ਹੈਗਾ। ਅਤੇ ਬਾਬਾ ਜੀ ਦੇ ਤਾਂ ਮੇਰੇ ਡੈਡੀ ਨੇ, ਇਹਨਾਂ ਨੇ ਤਾਂ ਬਾਬਾ ਜੀ ਵੱਡੇ ਮਹਾਂਪੁਰਸ਼ਾਂ ਨੂੰ ਰਾੜਾ ਸਾਹਿਬ ਵਾਲਿਆਂ ਨੂੰ ਦੇਖਿਆ ਵਾ, ਪੱਖੀ ਦੇਖਿਆ ਵਾ। ਅਤੇ ਇੱਥੇ ਆ ਕੇ ਜੋ ਬੰਦੇ ਨੂੰ ਇੱਥੇ ਸ਼ਾਂਤੀ ਮਿਲਦੀ ਆ ਮਨ ਨੂੰ, ਉਹ ਬੰਦੇ ਨੂੰ ਕਿਤੇ ਨਹੀਂ ਮਿਲਦੀ। ਜੋ ਨਾਰਵੇ ਸੰਗਤ ਨੂੰ ਤੁਸੀਂ ਮੈਸੇਜ ਦੇਣਾ ਚਾਹ ਰਹੇ ਹੋ, ਉਹ ਵੀ ਮੈਸੇਜ ਦਿਓ ਨਾਰਵੇ ਸੰਗਤ। ਹਾਂਜੀ, ਅਸੀਂ ਕਹਾਂਗੇ ਨਾਰਵੇ ਦੀ ਸੰਗਤ ਨੂੰ, ਅਸੀਂ ਕਹਾਂਗੇ ਕਿ ਤੁਸੀਂ ਪੰਜਾਬ ਆਓ, ਆਪਣੀ ਮਾਂ ਬੋਲੀ ਨਾ ਭੁੱਲੋ, ਇੱਥੇ ਆਓ, ਅਸਥਾਨ ਆ ਪੰਜਾਬ, ਆਪਣਾ ਅਸਥਾਨ ਆ। ਕਿਹੜੇ ਵੀ ਗੁਰਦੁਆਰੇ 'ਚ ਜਾਣਾ ਵਾ ਤੁਸੀਂ ਜਾਓ, ਪਰ ਕਿਹੜਾ ਆਪਣਾ ਲੋਕਲ ਪਿੰਡ ਦਾ ਗੁਰਦੁਆਰਾ ਵਾ ਜਾਂ ਉੱਥੋਂ ਦਾ ਨੇੜੇ ਦਾ ਇਲਾਕੇ ਦਾ ਗੁਰਦੁਆਰਾ, ਉੱਥੇ ਤੁਹਾਨੂੰ ਜਾਣਾ ਚਾਹੀਦਾ ਵਾ। ਆਪਣੀ ਮਾਂ ਬੋਲੀ ਬੰਦੇ ਨੂੰ ਕਦੇ ਨਹੀਂ ਭੁੱਲਣੀ ਚਾਹੀਦੀ। ਅਸੀਂ ਇੱਥੇ ਆਏ ਹਾਂ, ਸੰਗਤ ਨੇ ਸਾਨੂੰ ਪਿਆਰ ਦਿੱਤਾ ਵਾ, ਅਤੇ ਅਸੀਂ ਇੱਥੇ ਆਉਂਦੇ ਰਵਾਂਗੇ। ਅਤੇ ਅਸੀਂ ਤੁਹਾਨੂੰ ਵੀ ਕਹਿੰਦੇ ਹਾਂ ਕਿ ਨਾਰਵੇ ਤੋਂ ਆਓ ਅਤੇ ਆਪੋ ਆਪਣੇ ਅਸਥਾਨ ਦੇ ਉੱਤੇ ਜਾਓ। ਨਾਰਵੇ ਦੇ ਅੰਦਰ ਗ੍ਰਹਿ ਸਾਹਿਬ ਜੋ ਸਿੱਖਾਂ ਦੀ ਪਗੜੀ ਦਾ ਮਸਲਾ ਖੜਾ ਹੋਇਆ, ਉਹਦੇ ਬਾਰੇ ਤੁਹਾਡੀ ਪਾਰਟੀ ਨੇ ਔਰ ਤੁਸੀਂ ਉੱਥੇ ਕੀ ਐਫਰਟ ਕੀਤੇ? ਅਸੀਂ ਆਪਣੀ ਜਿਹੜੀ ਪਾਰਟੀ ਦੀ ਪ੍ਰਾਈਮ ਮਿਨਿਸਟਰ ਆਣਾ ਸੋਲਬਰਗ, ਉਹਨਾਂ ਨਾਲ ਅਸੀਂ ਇਹ ਮੁੱਦੇ ਦੇ ਉੱਤੇ ਗੱਲ ਕੀਤੀ ਆ ਅਤੇ ਉਹ ਇੱਥੇ ਵੀ ਆਈ ਆ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਆ ਕੇ ਹੁਣ ਹਰਸਿਮਰਤ ਕੌਰ ਬਾਦਲ ਨਾਲ ਗੱਲ ਕੀਤੀ ਆ ਅਤੇ ਅਸੀਂ ਉਹਨੂੰ ਸਮਝਾਇਆ ਵਾ ਕਿ ਸਿੱਖਾਂ ਦੀ ਕਿਹੜੀ ਪਗੜੀ ਆ ਉਹ ਸਾਡੀ ਸ਼ਾਨ ਆ, ਉਹ ਸਾਡੇ ਵਾਸਤੇ ਜ਼ਰੂਰੀ ਆ। ਅਤੇ ਕਿਸੇ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ ਨੇ ਜਦ ਉਹ ਅਲਾਓ ਕਰਦੇ ਨੇ ਪੱਗ ਦੇ ਨਾਲ ਫੋਟੋ ਖਿਚਾਉਣੀ, ਅਤੇ ਸਾਡੀ ਵੀ ਗੌਰਮੈਂਟ ਨੇ ਹੁਣ ਇੱਕ ਲਾਅ ਪਾਸ ਕੀਤਾ ਵਾ,
ਉਹਨੂੰ ਉਹਨਾਂ ਨੇ ਭੇਜਿਆ ਵਾ, ਸਰ ਮੈਂ ਇੱਥੇ ਹੁੰਦੀ ਆ, ਤੁਹਾਡਾ ਵਿਧਾਨ ਸਭਾ ਵਾ, ਉਹਦੇ ਵਿੱਚ ਭੇਜਿਆ ਵਾ, ਸਾਰੀਆਂ ਪਾਰਟੀਆਂ ਉਹਦੇ ਉੱਤੇ ਵਿਚਾਰ ਕਰਨਗੀਆਂ, ਅਤੇ ਸਾਨੂੰ ਪੂਰੀ ਉਮੀਦ ਆ ਕਿ ਉਹ ਲਾਅ ਪਾਸ ਹੋ ਜਾਏਗਾ, ਕਿ ਸਿੱਖਾਂ ਦੀ ਜਿਹੜੇ ਹੱਲ ਆ ਸਮੱਸਿਆ ਵਾ ਉਹ ਹੋ ਜਾਏਗੀ ਠੀਕ। ਅਤੇ ਜੇ ਹੁਣ ਅਸੀਂ ਨਾ ਇਹੋ ਜਿਹੇ ਮੁੱਦੇ ਨੂੰ ਉਠਾਵਾਂਗੇ ਤਾਂ ਫਿਰ ਤਾਂ ਲਾਣਤ ਆ ਕਿ ਆਪਣੀ ਕੌਮ ਦੇ ਉੱਤੇ। ਇਸ ਸਨ ਕਰਮਜੀਤ ਸਿੰਘ ਗਰੇਵਾਲ ਜੋ MLA ਨੌਰਵੇ ਤੋਂ ਨੇ। ਇਹਨਾਂ ਨੇ ਆਪਣੇ ਵਿਚਾਰ ਰੱਖਿਆ ਜੋ ਪਗੜੀ ਬਾਰੇ ਇਹਨਾਂ ਦੀ ਐਫਰਟ ਹੋ ਰਹੀ ਹੈ ਉਹਦੇ ਬਾਰੇ, ਅਸੀਂ ਸਾਡਾ ਅਦਾਰਾ ਇਵੈਂਟ ਮੀਡੀਆ TV ਚੈਨਲ ਹੈ ਉਹ ਇਹਨਾਂ ਦਾ ਸ਼ੁਕਰਗੁਜ਼ਾਰ ਆ, ਅਤੇ ਅਸੀਂ ਇੱਥੇ ਆਏ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਇਹ ਸਾਲਾਨਾ ਸਮਾਗਮ ਬਰਸੀ ਦਾ ਸ਼੍ਰੀਮਾਨ ਬਾਬਾ ਭਗਵਾਨ ਸਿੰਘ ਜੀ ਜਿਨ੍ਹਾਂ ਨੇ ਇਸ ਪਵਿੱਤਰ ਸਥਾਨ 'ਤੇ ਬਹੁਤ ਲੰਮਾ ਸੇਵਾ ਨਿਭਾਈ ਹੈ, ਕਿਉਂਕਿ ਇਹ ਪਵਿੱਤਰ ਸਥਾਨ ਆ ਜਿਹੜਾ ਗੁਰਦੁਆਰਾ ਰੇਰੂ ਸਾਹਿਬ, ਇਹਦੀ ਮਹਾਨਤਾ ਇਸ ਕਰਕੇ ਅਤਿਅੰਤ ਹੈ, ਬਹੁਤ ਹੈ, ਕਿਉਂਕਿ ਖਾਲਸਾ ਪੰਥ ਦੀ ਬਾਨੀ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਤੋਂ ਕਿਲ੍ਹਾ ਆਨੰਦਗੜ੍ਹ ਨੂੰ ਛੱਡ ਕੇ ਇਸ ਵੱਖ ਵੱਖ ਥਾਵਾਂ 'ਤੇ ਦੀ ਹੁੰਦੇ ਹੋਏ ਸਰਸਾ ਨਦੀ, ਚਮਕੌਰ ਸਾਹਿਬ ਦੀ ਧਰਤੀ, ਮਾਛੀਵਾੜਾ ਸਾਹਿਬ ਅਤੇ ਕਟਾਣਾ ਸਾਹਿਬ ਤੋਂ ਹੁੰਦੇ ਇੱਥੋਂ ਦੀ ਅੱਗੇ ਲੰਘ ਕੇ ਗਏ ਨੇ, ਅਤੇ ਉਹਨਾਂ ਦਾ ਇਹ ਚਰਨ ਛੋਹ ਪ੍ਰਾਪਤ ਸਥਾਨ ਹੈ, ਅਤੇ ਇਸ ਕਰਕੇ ਇਸ ਸਥਾਨ ਦੀ ਬਹੁਤ ਵੱਡੀ ਮਹਾਨਤਾ ਹੈ। ਅਜਿਹੇ ਪਵਿੱਤਰ ਸਥਾਨ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੀ, ਉਸ ਮਹਾਨ ਸਥਾਨ ਦੀ ਸੇਵਾ ਜਿਹੜੀ ਕਰਨੀ ਇਹ ਬੜੀ ਸੰਜਮ ਸਹਿਨਸ਼ੀਲਤਾ ਠਹਿਰਾ ਦੇ ਵਿੱਚ ਆ ਕੇ ਕਰਨੀ ਇਹ ਵਿਰਲੇ ਮਹਾਂਪੁਰਖਾਂ ਦੇ ਹਿੱਸੇ ਆਉਂਦੀ ਹੈ। ਮੈਨੂੰ ਇਸ ਗੱਲ ਦੀ ਬੜੀ ਪ੍ਰਸੰਨਤਾ ਹੈ ਕਿ ਇਹ ਨਗਰ ਦੇ ਜਿਹੜੇ ਸਾਰੇ ਹੀ ਸੱਜਣ ਨੇ ਬਿਨਾਂ ਕਿਸੇ ਭੇਦਭਾਵ ਤੋਂ, ਅਤੇ ਗੁਰਦੁਆਰਾ ਸਾਹਿਬਾਂ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ, ਅਤੇ ਅੱਜ ਜਿਹੜਾ 44ਵਾਂ ਜਿਹੜਾ ਬਰਸੀ ਸਮਾਗਮ ਮਨਾਇਆ ਜਾ ਰਿਹਾ, ਸਰਦਾਰ ਗੁਰਬਚਨ ਸਿੰਘ ਜੀ ਮੈਨੇਜਰ ਸਾਹਿਬ ਅਤੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਬਾਬਾ ਸੁਖਦੇਵ ਸਿੰਘ ਜੀ, ਸਾਰਾ ਪ੍ਰਬੰਧਕੀ ਢਾਂਚਾ ਇੱਥੋਂ ਦਾ, ਸਾਰੇ ਨਗਰ ਦੀਆਂ ਪਤਵੰਤੀਆਂ ਸ਼ਖਸੀਅਤਾਂ ਜਿਹੜੀਆਂ ਨੇ ਇਹਦੇ ਸ਼ਮੂਲੀਅਤ ਕੀਤੀ ਹੈ। ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆ ਕੇ ਜਿੱਥੇ ਗੁਰੂ ਸਾਹਿਬ ਜੀ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰ ਰਹੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ, ਉੱਥੇ ਉਹਨਾਂ ਮਹਾਂਪੁਰਖਾਂ ਨੂੰ ਜਿਨ੍ਹਾਂ ਨੇ ਬਹੁਤ ਵੱਡੀ ਘਾਲਣਾ ਇਸ ਸਥਾਨ ਦੇ ਵਿੱਚ ਸੇਵਾ ਕਰਕੇ ਘਾਲੀ ਆ, ਉਹਨਾਂ ਨੂੰ ਵੀ ਸ਼ਰਧਾ ਅਤੇ ਸਤਿਕਾਰ ਭੇਟ ਕਰ ਰਹੀਆਂ ਨੇ। ਮੈਂ ਸਾਰੀਆਂ ਸਿੱਖ ਸੰਗਤਾਂ ਨੂੰ ਸਨਿਮਰ ਬੇਨਤੀ ਕਰਦਾ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਵੈਸੋ ਸਭਾ ਵਛਾਏ। ਅੱਜ ਇੱਕ ਸਮਾਂ ਮੰਗ ਕਰਦਾ ਕਿ ਸਾਰਾ ਸਿੱਖ ਸੰਸਾਰ ਹੈ ਜਿਹੜਾ ਇੱਕ ਪਲੇਟਫਾਰਮ 'ਤੇ ਇਕੱਠਾ ਹੋਵੇ, ਤਾਂ ਕਿ ਅਸੀਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ 550 ਸਾਲਾ ਸ਼ਤਾਬਦੀ ਵਰ੍ਹਾ ਮਨਾਉਣ ਜਾ ਰਹੇ ਹਾਂ, ਉਸ ਨੂੰ ਬੜੇ ਅਕੀਦੇ ਅਤੇ ਸ਼ਰਧਾ ਸਤਿਕਾਰ ਨਾਲ ਮਨਾਇਆ ਜਾ ਸਕੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਨ ਦਰਬਾਰ।